ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗਲੋਕ 44.22 ਦੇ ਬਾਰੇ ਵਿੱਚ। ਇਹ ਕੁਝ ਦੇਰ ਦੇ ਵਿੱਚ ਇੰਡੀਆ ਦੇ ਵਿੱਚ ਆ ਰਿਹਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ, ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਸੋ ਵੀਡੀਓ ਸ਼ੁਰੂ ਕਰਦੇ ਹਾਂ ਮੇਰੇ ਵੀਰੋ। ਜਿਹੜਾ ਤੁਸੀਂ ਮਾਡਲ ਵੇਖ ਰਹੇ ਜੀ, ਇਹ ਮੇਡ ਇਨ USA ਆ। ਇਸ ਦਾ ਸੇਮ ਹੀ ਜਿਹੜਾ ਇਹ ਮੇਡ ਇਨ ਇੰਡੀਆ ਥੋੜ੍ਹੇ ਚਿਰ ਦੇ ਵਿੱਚ ਆ ਰਿਹਾ ਆ ਇੰਡੀਆ ਦੇ ਵਿੱਚ। ਇਹ ਕੰਪਨੀ ਜਿਹੜੀ ਆ ਚੁੱਕੀ ਆ ਅਤੇ ਕੁਝ ਦੇਰ ਦੇ ਵਿੱਚ ਆਪਣਾ ਗਲੋਕ 44 ਸਭ ਤੋਂ ਪਹਿਲਾਂ ਇਹਦੀ ਜਿਹੜੀ ਵੈਬਸਾਈਟ ਉਹਦੇ ਵਿੱਚ ਲਿਖਿਆ ਵੀ ਆ ਰਿਹਾ ਕਿ ਕੁਝ ਦੇਰ ਦੇ ਵਿੱਚ ਲਾਂਚ ਕਰਨਗੇ। ਸੋ ਇਹ ਬਾਰੇ ਜੇ ਆਪਾਂ ਗੱਲ ਕਰੀਏ, ਇਹਦਾ ਥੱਲੇ ਵਾਲਾ ਫਰੇਮ ਜਿਹੜਾ ਆ ਪੋਲੀਮਰ ਦੇ ਵਿੱਚ ਆਉਂਦਾ ਆ, ਬਹੁਤ ਹੀ ਹਾਈ ਕੁਆਲਿਟੀ ਦਾ ਪੋਲੀਮਰ ਹੁੰਦਾ ਆ। ਬੈਰਲ ਦੀ ਜਿਹੜੀ ਹੁੰਦੀ ਆ ਕਰੋਮ ਪਲੇਟਡ ਬੈਰਲ ਹੁੰਦੀ ਆ, ਬਹੁਤ ਹੀ ਰਾਈਬਲ ਪਿਸਟਲ ਆ, ਡਬਲ ਸਟੈਕ ਮੈਗਜ਼ੀਨ ਦੇ ਨਾਲ। ਬਾਕੀ ਜਿਹੜਾ 22 ਕਾਟਰੇਜ ਆ, ਵਰਲਡ ਦੇ ਵਿੱਚ ਖੁਫੀਆ ਏਜੰਸੀਆਂ ਅਤੇ ਸਿਵਲ ਏਜੰਟ ਅਤੇ ਸਪੈਸ਼ਲ ਲੋਕ ਜ਼ਿਆਦਾਤਰ ਇਸੇ ਹੀ ਕਾਟਰੇਜ ਦਾ ਇਸਤੇਮਾਲ ਕਰਦੇ ਨੇ। ਬਾਕੀ ਜਿਹੜਾ ਇਹਦਾ ਲੋਕ ਹੁੰਦਾ ਆ, ਇਹ ਟਰਿਗਰ ਦੇ ਵਿੱਚ ਹੀ ਹੁੰਦਾ ਆ ਅਤੇ ਬੜਾ ਰਿਲਾਈਬਲ ਪਿਸਟਲ, ਵਰਲਡ ਦਾ ਸਭ ਤੋਂ ਬੈਸਟ ਰਾਈਬਲ ਪਿਸਟਲ ਇਹਨੂੰ ਗਿਣਿਆ ਜਾਂਦਾ ਆ। ਇਹਦਾ ਲੋਕ ਜਿਹੜਾ ਆ ਟਰੈਗਰ ਦੇ ਨਾਲ ਹੀ ਲੱਗਾ ਹੁੰਦਾ ਆ ਸੇਫਟੀ ਪਰਪਸ ਦੇ ਨਾਲ, ਅਤੇ ਸੀਕਰਟ ਸਰਵਿਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੈਪਨ ਦਾ ਅਤੇ ਇਸ ਕਾਟਰੇਜ ਦਾ ਉਪਯੋਗ ਕੀਤਾ ਜਾਂਦਾ ਆ। ਬਾਕੀ ਬਹੁਤ ਹੀ ਜਿਹੜਾ ਇਹਨੂੰ ਗਿਣਿਆ ਜਾਂਦਾ ਆ। ਬਾਕੀ ਇਹਦੇ ਨਾਲ ਤੁਸੀਂ ਅਟੈਚੇਬਲ ਕੋਈ ਵੀ ਸਾਈਟ ਜਾਂ ਟੋਰਚ ਜਾਂ ਲੇਜਰ ਵੀ ਲਗਾ ਸਕਦੇ ਜੇ। ਸੋ ਵੇਖੋ ਇਹਦੀ ਬੈਰਲ ਦੇਖੋ, 3 ਇੰਚ ਬੈਰਲ ਦੇ ਵਿੱਚ ਆਉਂਦਾ ਆ। ਕਿਉਂਕਿ ਮੇਰੇ ਵੀਡੀਓ ਜੇ ਮੇਰੀ ਵੀਡੀਓ ਵਧੀਆ ਲੱਗੀ ਆ ਅਤੇ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਬਾਕੀ ਹੋਰ ਵੀ ਜੋ ਨਵੀਆਂ ਅਪਡੇਟ ਆਊ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਮੇਂ ਸਮੇਂ 'ਤੇ ਸ਼ੇਅਰ ਕਰਦਾ ਰਹੂੰਗਾ, ਇਸ ਲਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ।